ਕਦਰ ਨਬੀ ਦਾ ਐ ਕੀ ਜਾਨਨ ਦੁਨੀਆਂ ਦਾਰ ਕਮੀਨੇ ਕਦਰ ਨਬੀ ਦਾ ਜਾਨਨ ਵਾਲੇ ਸੌਂਗ ਵਿੱਚ ਮਦੀਨੇ ਉਹ ਕਦਰ ਘਟਾਵਨ ਨਾ ਸ਼ਰਮਾਵਨ ਸ਼ਰਮਾ ਦੂਰ ਹਟਾਈਆਂ ਮੈਸ਼ਰ ਦੇ ਦਿਨ ਬੇਕਦਰਾਂ ਨੂੰ ਭੁੱਲ ਜਾਵਨ ਵੱਡੀਆਂ ਵਯਸ ਦਿਨ ਆਕੜ ਤੇ ਮਗਰੂਰੀ ਨਿਕਲ ਜਾਏਗੀ ਤੇਰੀ ਜਦੋਂ ਕੇ ਆ ਮੁਹੰਮਦ ਸਰਵਰ ਐਨ ਯੁਮਤ ਮੇਰੀ اوزب اللہ ابن الشتوان الراجیم بسم اللہ الرحمن الرحیم میرے دوستو تے میرے اسلامی بہن بھائیو لو بچو تے عام لو تے میرے بہن بھائیو جڑا ਤੁਸੀਂ کہندے ہو نا بابا جی تھانو اینا نچر پڑھائی کر دے ہو گیا اے او دا اثر نہیں ہوندا او میرا کام نہیں پورا ہوندا جے میں کام کرنا بچو ਮੈਂ ਤੁਹਾਨੂੰ ਲਾਰਾ ਨਹੀਂ ਦੇ ਲਗਾ ਲਾਰੇ ਨਾਲ ਧੱਕਾ ਦੇਦਾ ਨਾ ਸਭ ਤੋਂ ਚੰਗੀ ਗੱਲ ਬਜ਼ੁਰਗ ਕਹਿੰਦੇ ਨੇ ਬੱਚੋ ਸਾਬਾ ਕਰਾਮ ਸੀ ਉਹ 70 ਦਫਾ ਪੜ ਲੈਂਦੇ ਸੀ 4 ਦਫਾ 6 ਦਫਾ ਪੜ ਲੈਂਦੇ 100 ਦਫਾ ਪੜਦੇ ਕੰਮ ਉਹਨਾਂ ਦਾ ਫੁਰਰੀ ਤੌਰ ਤੇ ਹੁੰਦਾ ਸੀ ਕਿਉਂਕਿ ਉਹਨਾਂ ਨੂੰ ਸਰਕਾਰ ਆਪ ਦੱਸਣ ਵਾਲੇ ਹੁੰਦੇ ਸੀ ਤੇ ਸਾਬਾ ਕਰਾਮ ਦਾ ਮਾਨ ਦੀ ਕੂਵਤ ਤੁਹਾਨੂੰ ਪਤਾ ਕਿੰਨੀ ਪੱਕੀ ਹੁੰਦੀ ਸੀ ਉਹ ਉਹ ਪੜਦੇ ਸੀ ਕਈ ਸਾਬਾ ਕਰ ਤਿੰਨ ਦਫਾ ਹੀ ਪੜਦੇ ਸੀ ਕੰਮ ਹੋ ਜਾਂਦਾ ਸੀ ਕਈ 70 ਦਫਾ ਪੜਦੇ ਕੰਮ ਕਈ 100 ਦਫਾ ਪੜਦੇ ਕੰਮ ਹੋ ਜਾਂਦਾ ਸੀ ਇਸ ਲਈ ਦੋਸਤੋ ਉਹ ਸਰਕਾਰ ਦੱਸਣ ਵਾਲੇ ਸੀ ਉਸਟਾ ਮੁੰਨਾਂ ਨੂੰ ਤੇ ਸਾਬਾ ਕਰਮ ਸੁਣਨ ਵਾਲੇ ਸੀ ਤੇ ਨੂਰ ਹੀ ਨੂਰ ਹੁੰਦਾ ਸੀ ਤੇ ਉਹ ਦੋ ਤਿੰਨ ਵਾਰ ਪੜ੍ਹਦੇ ਸੀ ਕੰਮ ਹੋ ਜਾਂਦਾ ਸੀ ਬੱਚੋ ਸਾਨੂੰ ਪੜਾਈ ਕਰਨੀ ਪੈਣੀ ਜ਼ਿਆਦਾ ਸਾਨੂੰ ਪੜਾਈ ਕਰਨੀ ਪੈਣੀ ਹੈ ਇੱਕ ਰਾਤ ਦੇ ਵਿੱਚ ਅਗਰ ਕੰਮ ਤੁਸੀਂ ਵਾਕੇ ਲੈਣਾ ਚਾਹੁੰਦੇ ਤੁਸੀਂ ਵਾਕੇ ਚਾਹੁੰਦੇ ਕਿ ਰਾਤ ਸਾਡਾ ਕੰਮ ਹੋਵੇ ਤੇ ਫਿਰ ਤੁਹਾਨੂੰ ਤਰੀਕਾ ਬਜ਼ੁਰਗਾਂ ਦੇ ਦੀਨ ਦਾ ਇਸਤੇਮਾਲ ਕਰਨਾ ਪਏਗਾ ਮੇਰੇ ਦੋਸਤੋ ਭਾਈ ਆਮਲ ਜਰਾ ਤੁਸੀਂ ਵੀ ਸੁਣ ਲਓ ਤੇ ਬੱਚੋ ਤੁਸੀਂ ਵੀ ਸੁਣ ਲਓ ਅਗਰ ਤੁਸੀਂ ਚਾਹਦੇ ਹੋ ਇੱਕ ਰਾਜ ਕੰਮ ਵਿੱਚ ਜੋ ਬਜ਼ੁਰਗਾਂ ਨੇ ਤਰੀਕਾ ਦੱਸਿਆ ਫਿਰ ਤੁਹਾਨੂੰ ਉਸ ਤਰੀਕਾ ਇਸਤੇਮਾਲ ਕਰਨਾ ਪਏਗਾ ਤੇ ਫਿਰ ਉਹ ਤੁਹਾਡਾ ਕੰਮ ਇੱਕ ਰਾਜ ਹੋਏਗਾ ਜੇ ਹੁਣ ਤੁਹਾਨੂੰ ਮੈਂ ਇੱਕ ਇਸਮ ਐਸਾ ਪਿਆਰਾ ਦੱਸਣਾ ਤੁਸੀਂ ਇਨਸ਼ਾਅੱਲਾ ਰਾਤ ਨੂੰ ਤੁਸੀਂ ਇਹਨੂੰ ਕੱਟ ਤੋਂ ਕੱਟ 36000 ਦਫਾ ਇਹਨੂੰ ਪੜਨਾ ਹੈ ਜਾਂ 40000 ਦਫਾ ਪੜਨਾ ਹੈ ਤੇ ਇਨਸ਼ਾ ਅੱਲਾਹ ਤਾਲਾ ਤੁਹਾਡਾ ਇੱਕੋ ਰਾਤ ਚ ਕੰਮ ਤੁਹਾਡਾ ਹੋਏਗਾ ਗਰੰਟੀ ਨਾਲ ਕਹਿਣਾ ਠੀਕ ਹੈ ਐਸ ਮੁਦਾ ਅਮਲ ਤੁਹਾਨੂੰ ਦੱਸ ਰਹੇ ਆਮ ਅਮਲ ਨਹੀਂ ਦੱਸ ਰਿਹਾ ਠੀਕ ਹੈ ਜਿਹੜੇ ਜਿਹੜੇ ਮੈਂ ਕਿਤੇ ਦਨ ਉਹ ਦੱਸ ਰਿਹਾ ਬੱਚੋ ਇੱਕ ਰਾਤ ਦੇ ਵਿੱਚ ਦਰੋਸ਼ੀ ਪੜ ਕੇ ਇਸ਼ਾਦੋ ਬਾਦ ਤੁਸੀਂ ਪੜਨਾ ਯਾ ਲਤੀਫੋ ਯਾ ਲਤੀਫੋ ਯਾ ਲਤੀਫੋ ਕਿੱਡਾ ਪਿਆਰਾ ਲੱਗਾ ਜੇ ਇਸਮ ਇਹਨੂੰ ਬੱਚੋ 40000 ਦਫਾ ਤਕ ਤੁਸੀ ਲੈ ਕੇ ਜਾਣੀ ਤਦਾਦੇ ਦੀ ਤੇ ਇਨਸ਼ਾ ਅੱਲਾਹ ਤਾਲਾ ਚਾਹੇ ਤੁਹਾਡਾ ਉਸੇ ਰਾਤ ਹੀ ਤੁਸੀਂ ਤੁਹਾਡਾ ਜਿਹੜਾ ਵੀ ਤੁਹਾਡਾ ਮਕਸਦ ਹੋਏਗਾ ਦੁਨੀਆ ਦਾ ਖੁਸ਼ੀ ਦਾ ਗਮੀ ਦਾ ਜੋ ਵੀ ਤੁਹਾਡੀ ਪਰੇਸ਼ਾਨੀ ਜੋ ਨਜਾਜ਼ ਚਾਹਦੇ ਹੋ ਕੋਈ ਖੁਸ਼ੀ ਚਾਹਦੇ ਹੋ ਕੋਈ ਮਸਲਾ ਤੁਹਾਨੂੰ ਨਹੀਂ ਹੱਲ ਹੋ ਰਿਹਾ ਤੇ ਮੇਰੇ ਬੱਚੋ ਮੇਰੇ ਭਰਾਓ ਇਹਨੂੰ ਤੁਸੀਂ 40000 ਦਫਾ ਇਹਨੂੰ ਇੱਕ ਰਾਤ ਪੂਰਾ ਕਰੋ ਤੇ ਮੇਰੇ ਮੌਲਾ ਨੇ ਚਾਇਆ ਤੇ ਇਹ ਬਜ਼ੁਰਗਾਂ ਦੇੰ ਦਾ ਕੰਮ ਇਹ ਨੇ ਤੇ ਇਹ ਪੜਦਾ ਉਹ ਹੀ ਹੈ ਜਦੋਂ ਤੁਸੀਂ ਅੱਲਾ ਨਾਲ ਮੁਹੱਬਤ ਕਰੋਗੇ ਫਿਰ ਅੱਲਾ ਵੀ ਤੁਹਾਡੇ ਨਾਲ ਮੁਹੱਬਤ ਅੱਲਾ ਉਹ ਅੱਲਾ ਦੇ ਹਬੀਬ ਨਾਲ ਮੁਹੱਬਤ ਕਰੋ ਤੇ ਫਿਰ ਤੁਸੀਂ ਇਨੀ ਇਨੀ ਪੜਾਈ ਕਰ ਸਕਦੇ ਹੋ ਉਸਰਾਂ ਨਹੀਂ ਕਰ ਸਕਦੇ ਮੇਰੇ ਬੱਚੋ ਅੱਲਾ ਦੇ ਹਬੀਬ ਨਾਲ ਪਿਆਰ ਕਰੋਗੇ ਅੱਲਾ ਨਾਲ ਪਿਆਰ ਕਰੋਗੇ ਅੱਲਾ ਦੇ ਇਸਮ ਨਾਲ ਪਿਆਰ ਕਰੋਗੇ ਤੇ ਫਿਰ ਇਸਮ ਹੀ ਤੁਹਾਡੇ ਨਾਲ ਪਿਆਰੇਗਾ ਅੱਲਾ ਵੀ ਤੁਹਾਡੇ ਨਾਲ ਪਿਆਰ ਕਰੇਗਾ ਤੇ ਫਿਰ ਤੁਸੀਂ 40 40000 70 70000 ਤੋ ਪੜ ਸਕਦੇ ਜੀ 40000 ਦਫਾ ਤੁਸੀਂ ਪੜੋ ਇਨਸ਼ਾਅੱਲਾ ਇੱਕ ਰਾਤ ਦੇ ਵਿੱਚ ਤੁਹਾਡਾ ਕੰਮ ਹੋ ਜਾਏਗਾ ਮੈਂ ਤੁਹਾਨੂੰ ਗਾਰੰਟੀ ਦੇ ਰਿਹਾ ਠੀਕ ਹੈ ਤੇ ਪੜਨਾ ਤੁਸੀਂ ਕਿ ਯਾ ਲਤੀਫੋ ਯਾ ਲਤੀਫੋ ਆਪਣਾ ਮਕਸਦ ਦਿਲ ਚ ਰੱਖ ਕੇ ਸਾਹਮਣੇ ਰੱਖ ਕੇ ਤੇ ਤੁਸੀਂ ਬੈਹਿ ਜਾਣਾ ਇਸਹਾ ਦੀ ਨਮਾਜ਼ ਪੜ ਕੇ ਮੇਰੇ ਮੌਲਾ ਨੇ ਚਾਇਆ 40000 ਤੁਸੀਂ ਪੜ ਕੇ ਉਠੋਗੇ ਤੁਹਾਡਾ ਕੰਮ ਹੋਏਗਾ ਜਿਹੜਾ ਵੀ ਤੁਹਾਡੇ ਦਿਨ ਚ ਮਕਸਦ ਹੋਏਗਾ ਲੇਕਿਨ ਮਕਸਦ ਸ਼ਰੀਅਤ ਦੇ ਵਿੱਚ ਰਹਿ ਕੇ ਹੋਣਾ ਚਾਹੀਦਾ ਹੈ ਸ਼ਰੀਅਤ ਤੋਂ ਬਾਅਦ ਮਕਸਦ ਹਟਾ ਨਹੀਂ ਹਣਾ ਚਾਹੀਦਾ ਨਹੀਂ ਤਾਂ ਫਿਰ ਕੁਝ ਨਹੀਂ ਹੋਣਾ ਭਾਵੇਂ ਜਿੰਨਾ ਬਾਦ ਦੀ ਟਿਲ ਲਾ ਲੈਣਾ हां ਫਿਰ ਜਿੰਨਾ ਮਰਜ਼ੀ ਖਾਪਦੇ ਰੋ ਫਿਰ ਕੁਝ ਨਹੀਂ ਹੋਣਾ ਸ਼ਰੀਅਤ ਦੇ ਵਿੱਚ ਰਹਿ ਕੇ ਸ਼ਰਾ ਦੇ ਵਿੱਚ ਰਹਿ ਕੇ ਜਿਹੜਾ ਕੋਡਾ ਕੰਮ ਹੈ ਫਸਿਆ ਦਾ ਚਾਹਦੇ ਹੋ ਉਹ ਤੁਹਾਡਾ ਕੰਮ ਹੋਏਗਾ ਤੇ ਜ਼ਰੂਰ ਸ਼੍ਰੀਵ ਅੱਗੇ ਪਿੱਛੇ ਲਾਜ਼ਮ ਰੱਖਣਾ ਜੀ ਬੱਚੋ ਹੋ ਮੇਰਾ ਖਿਆਲ ਹੈ ਤੁਹਾਨੂੰ ਬਿਲਕੁਲ ਸਮਝ ਆ ਗਈ ਹੋਣੀ ਠੀਕ ਹੈ ਯਾਨੀ ਇੱਕ ਰਾਤ ਚ ਕੰਮ ਲੈਣ ਦਾ ਤੁਹਾਨੂੰ ਤਰੀਕਾ ਦੱਸ ਰਿਹਾ ਜੀ ਮੈਂ ਇਨਸ਼ਾਅੱਲਾਹ ਤਾਲਾ ਚਾਹੇ ਤੁਸੀਂ ਪੜੋਗੇ ਤੇ ਫਿਰ ਤੁਹਾਨੂੰ ਇਹਦਾ ਅੰਦਾਜ਼ਾ ਹੋਏਗਾ ਬਾਬਾ ਆਪ ਤੁਹਾਨੂੰ ਵਾਕਈ ਸਹੀ ਕਹਿ ਰਿਹਾ ਤੁਸੀਂ ਕਹੋਗੇ ਵਾਕਈ ਬਾਬਾ ਜੀ ਤੁਸੀਂ ਸਹੀ ਕਹਿ ਰਹੇ ਸੀ ਮੇਰੇ ਦੋਸਤੋ ਇਹ ਸਿਰਫ ਜਿਹਨੂੰ ਅੱਲਾ ਨਾਲ ਪਿਆਰ ਹੈ ਅੱਲਾ ਦਾ ਖੌਫ ਹੈ ਉਹਨੂੰ ਪਤਾ ਹੈ ਅੱਗਲਾ ਸਾਂ ਆਣਾ ਕਿ ਨਹੀਂ ਆਣਾ ਐ ਨਹੀਂ ਨਹੀਂ ਪੜਾਈਆਂ ਉਹੀ ਕਰਦਾ ਧੰਮਦਸ ਸੱਚਾ ਇਸ ਲਈ ਬੱਚੋ ਕੋਈ ਪਤਾ ਨਹੀਂ ਕੱਲ ਦਿਨ ਚੜਨਾ ਗਲੇ ਜਣਾ ਇਸ ਲਈ ਤੁਸੀਂ ਵੀ ਆਪਣੇ ਆਪ ਨੂੰ ਕਾਬੂ ਜ ਰੱਖੋ ਜਦੋਂ ਪੀਰ ਬੁੱਲੇ ਸ਼ਾਹ ਸਾਹਿਬ ਪੜਾਈ ਕਰਦੇ ਹੁੰਦੇ ਸੀ ਐ ਨਹੀਂ ਨਹੀਂ ਤੋਂ ਤੰਗ ਪੈ ਜਾਂਦੇ ਸੀ ਤੇ ਫਿਰ ਆਪਣੇ ਆਪ ਨੇ ਕਹਿੰਦੇ ਸੀ ਬੁੱਲਿਆ ਪੀ ਪਿਆਲਾ ਸਬਰ ਦਾ ਕੋਈ ਨਹੀਂ ਉਸ ਸਾਥੀ ਕਬਰ ਦਾ ਦੋਸਤੋ ਬੁੱਲਿਆ ਸਾਹਿਬ ਕੀ ਫਰਮਾਨ ਕੀਤੀ ਪੀ ਪਿਆਲਾ ਸਬਰ ਦਾ ਬੁੱਲਿਆ ਕੋਈ ਨਹੀਂ ਉਸ ਸਾਥੀ ਕਬਰ ਦਾ ਤੇ ਫਿਰ ਉਹਨੂੰ ਆਪਣੇ ਆਪ ਹੀ ਬੰਦਾ ਪੜਨਾ ਸ਼ੁਰੂ ਕਰ ਦਿੰਦਾ ਜਦੋਂ ਪਤਾ ਹੈ ਨਾ ਕਬਰ ਜਾਣਾ ਤੇ ਫਿਰ ਬੱਚੋ ਬੰਦਾ ਆਪਣੇ ਆਪ ਪੜਦਾ ਜੀ ਉਹ ਬੱਚੋ ਇਹਨੂੰ ਤੁਸੀਂ ਇੱਕ ਰਾਜਤਨ ਮੈਂ ਕਮ ਲੈਣ ਦਾ ਦੱਸਦਾ ਵਜ਼ੀਫਾ ਵਜ਼ੀਫਾ ਹੀ ਬੜਾ ਪਿਆਰਾ ਜੇ ਯਾ ਲਤੀਫੁ ਅੱਲਾ ਦਾ ਅਸਫਾਤੀ ਬੜਾ ਪਿਆਰਾ ਇਸ ਮੈਗਾ ਜੇ ਇਹਨੂੰ ਤੁਸੀਂ ਪੜੋ ਔਰ ਸਦਾ ਲਵੋ ਫਿਰ ਬਾਬੇ ਆਪ ਨੂੰ ਦੁਆ ਦੇਣਾ ਤੇ ਇਸ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਲਾਈਕ ਕਰਨਾ ਔਰ ਸ਼ੇਅਰ ਵੀ ਕਰਨਾ ਬਸ ਬੱਚੋ ਔਰ ਲੰਗਰ ਸ਼੍ਰੀ ਸਾਹਿਬ ਤੁਸੀਂ ਕਰਾਇਆ ਕਰੋ ਅੱਛਾ ਜੀ ਫਿਰ ਅਸਲਾਮੁਅਲੈਕਮ ਜੀ